ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਪੋਸ਼ ਇਲਾਕੇ ਮਾਲ ਟਾਊਨ ਦੀ ਗੱਲ ਕਰੀ ਤਾਂ ਮਾਲ ਟਾਊਨ ਦੇ ਇਲਾਕੇ ਦੇ ਵਿੱਚ ਦਿੱਲੀ ਨੰਬਰ ਦੀ ਇੱਕ ਸਕਾਰਪੀਓ ਆਉਂਦੀ ਹੈ ਜੋ ਇੱਕ ਚਿੱਟੇ ਰੰਗ ਦੀ ਗੱਡੀ ਨੂੰ ਟੋਅ ਕਰਕੇ ਨਾਲ ਲੈ ਜਾਂਦੀ ਹੈ। ਇਹ ਮਾਮਲਾ ਲੁਧਿਆਣੇ ਦੇ ਮਾਲ ਟਾਊਨ ਪੌਸ਼ ਇਲਾਕੇ ਦਾ ਹੈ ਕਿ ਵੀਡੀਓ ਜਿਹੜੀ ਹੈ ਸਾਨੂੰ ਭੇਜੀ ਗਈ ਸੂਤਰਾਂ ਵੱਲੋਂ ਭੇਜੀ ਗਈ ਸੀ, ਜਿਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਕਾਰਪੀਓ ਗੱਡੀ ਜਿਹਦੇ ਵਿੱਚ ਮੁਲਾਜ਼ਮ ਖੜ੍ਹੇ ਨਜ਼ਰ ਆ ਰਹੇ ਨੇ, ਉਹ ਗੱਡੀ ਨੂੰ ਇੱਕ ਚਿੱਟੇ ਰੰਗ ਦੀ ਗੱਡੀ ਨੂੰ ਟੋਅ ਕਰਦੇ ਨੇ। ਟੋਅ ਕਰਨ ਤੋਂ ਬਾਅਦ ਬੜੇ ਬਖੂਬੀ ਤਰੀਕੇ ਨਾਲ ਉਹ ਲੈ ਜਾਂਦੇ ਨੇ। ਨੰਬਰ ਜਿਹੜਾ ਦਿੱਲੀ ਦਾ ਦੱਸਿਆ ਜਾ ਰਿਹਾ ਸਕਾਰਪੀਓ ਦਾ, ਹੁਣ ਪੁਲਿਸ ਨੇ ਮੁਕੱਦਮਾ ਦਰਜ ਕਰ ਦਿੱਤਾ ਹੈ। ਲੇਕਿਨ ਇਹ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋਵੋਗੇ, ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਹੁਣ ਸੇਫ ਨਹੀਂ ਨੇ। ਜਿਸ ਤਰ੍ਹਾਂ ਤੁਸੀਂ ਇਹ ਵੀਡੀਓ ਦੇਖੀ ਕਿ ਘਰ ਦੇ ਬਾਹਰ ਖੜ੍ਹੀ ਪੌਸ਼ ਇਲਾਕੇ ਮਾਲ ਟਾਊਨ ਦੇ ਵਿੱਚ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਕਿਸ ਤਰ੍ਹਾਂ ਇੱਕ ਪੋਜ਼ੀ ਵਰਦੀ ਪਾਇਆ ਇੱਕ ਸ਼ਖਸ ਗੱਡੀ ਦੇ ਸਕਾਰਪੀਓ ਦੇ ਕੋਲ ਖੜ੍ਹਾ ਹੋਇਆ ਵਾ, ਅਤੇ ਕਿਸ ਤਰ੍ਹਾਂ ਚੰਦ ਹੀ ਮਿੰਟਾਂ ਦੇ ਵਿੱਚ ਉਹ ਗੱਡੀ ਸਕਾਰਪੀਓ ਅੱਗੇ ਲਗਾਉਂਦੇ ਨੇ ਅਤੇ ਉਸ ਤੋਂ ਬਾਅਦ ਟੋਇੰਗ ਕਰਦੇ ਅਤੇ ਲੈ ਕੇ ਚਲੇ ਜਾਂਦੇ ਨੇ। ਉੱਥੇ ਹੀ ਜਦੋਂ ਥਾਣਾ ਮਾਲ ਟਾਊਨ ਦੇ ਐਸਐਚਓ ਨਾਲ ਗੱਲ ਕਰਨੀ ਚਾਹੀ ਤਾਂ ਚੌਂਕੀ ਇੰਚਾਰ ਨਾਲ ਗੱਲ ਹੋਈ ਅਤੇ ਉਹਨਾਂ ਨੇ ਕਿਹਾ ਕਿ ਮਾਮਲਾ ਚੋਰੀ ਦਾ, 2 ਦਿਨ ਪਹਿਲਾਂ ਹੀ ਜਿਹੜੀ ਹੈ ਚੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ। ਤੁਸੀਂ ਵੀ ਸੁਚੇਤ ਰਹੋ, ਘਰ ਦੇ ਬਾਹਰ ਅਗਰ ਗੱਡੀ ਖੜੀ ਕਰਦੇ ਹੋ ਤੇ ਗੱਡੀਆਂ ਦਾ ਧਿਆਨ ਰੱਖਣਾ ਵੀ ਤੁਹਾਡੀ ਜ਼ਿੰਮੇਵਾਰੀ ਆ, ਕਿਉਂਕਿ ਗੱਡੀਆਂ ਕਿਸ ਤਰ੍ਹਾਂ ਬਾਹਰੋਂ ਦੇ ਬਾਹਰ ਲੈ ਕੇ ਜਾਈਆਂ ਜਾ ਸਕਦੀਆਂ ਨੇ। ਇਹ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਬਾਹਰ ਖੜ੍ਹੀਆਂ ਕਰ ਗਈਆਂ, ਗੱਡੀਆਂ ਖੜ੍ਹੀਆਂ ਕਰਨੇ ਵੀ ਸੁਰੱਖਿਅਤ ਨਹੀਂ ਨੇ। ਲੁਧਿਆਣਾ ਦਾ ਕੈਮਰਾਮੈਨ ਹਨੀ ਦੇ ਨਾਲ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।